ਵਕਾਲਤ ਵੀ ਕੀਤੀ ਹੋ ਤੁਸੀਂ ਰਿਸ਼ੀ ਸ਼ਸ਼ਨਗੰਜ ਵੱਲੋਂ ਕਿਹੋ ਜਿਹਾ ਮਹਿਸੂਸ ਹੋ ਰਿਹਾ ਬਹੁਤ ਅੱਛਾ ਮਹਿਸੂਸ ਹੋ ਰਿਹਾ ਜੀ ਸਭ ਪਰਮਾਤਮਾ ਦੀ ਦਇਆ ਨਾਲ ਪੇਰੈਂਟਸ ਦੇ ਆਸ਼ੀਰਵਾਦ ਨਾਲ ਔਰ ਜਿਹੜੇ ਮੇਰੇ ਲਵੇਬਲ ਬਣ ਸਕੇ ਆ ਉਹਨਾਂ ਦੇ ਪਿਆਰ ਨਾਲ ਔਰ ਮਿਹਨਤ ਨਾਲ ਅੱਜ ਇਹ ਮੁਕਾਮ ਹਾਸਲ ਹੋਇਆ ਹੈ ਅੱਜ ਬਹੁਤ ਅੱਛਾ ਲੱਗ ਰਿਹਾ ਕਿੰਨੀ ਦੇਰ ਸਟੱਡੀ ਕਰਦੇ ਹੋ ਨਾਲ ਤੁਸੀਂ ਵਕਾਲਤ ਵੀ ਕਰਦੇ ਰਹੇ ਹੋ ਉਹਦੇ ਨਾਲ ਕਿੱਦਾਂ ਟਾਈਮ ਕਰਦੇ ਕਿੱਦਾਂ ਫੈਮਿਲੀ ਵਿੱਚ ਜਾਂ ਬਾਹਰ ਕਿਸ ਤਰ੍ਹਾਂ ਕਰਦੇ ਸੀ ਹਾਂਜੀ ਇਦਾਂ ਸੀਗਾ ਕਿ ਸਨ 2003 ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਲਾਅ ਪਾਸ ਕੀਤੀ ਲਾਅ ਪਾਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਸ਼ੁਰੂ ਤੋਂ ਹੀ ਮੇਰਾ ਇਹ ਇੱਕ ਮੁਕਾਮ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਇੱਕ ਜੁਡੀਸ਼ੀਅਲ ਆਫੀਸਰ ਬਣਨਾ ਹੈ ਔਰ ਇਸ ਲਈ ਮੈਂ ਨਿਰੰਤਰ ਆਪਣਾ ਪ੍ਰਯਾਸ ਕਰਦਾ ਰਿਹਾ ਔਰ ਇਸ ਤੋਂ ਪਹਿਲਾਂ ਵੀ ਮੈਂ 2012 ਦੇ ਵਿੱਚ ਵੀ ਮੈਂ ਜੁਡੀਸ਼ੀਅਲ ਮੈਜਿਸਟਰੇਟ ਦੀ ਪ੍ਰੀਖਿਆ ਨੂੰ ਕਲੀਅਰ ਕੀਤਾ ਸੀ ਤਦ ਵੀ ਮੈਂ ਇੰਟਰਵਿਊ ਦਿੱਤੀ ਸੀ ਔਰ ਹੁਣ ਇਸ ਵਾਰੀ 2022 ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਮੇਰੀ ਜਿਹੜੀ ਇੱਕ ਐਡੀਸ਼ਨਲ ਸੈਸ਼ਨ ਜੱਜ ਦੀ ਜਿਹੜੀ ਪੋਸਟ ਸੀ ਜਿਹੜੀ ਹਾਇਰ ਜੁਡੀਸ਼ੀਅਲ ਸਰਵਿਸਿਜ਼ ਦੇ ਵਿੱਚ ਆਉਂਦੀ ਹੈ ਇਹਦੇ ਵਿੱਚ ਮੇਰਾ ਹੀ ਰਿਟਨ ਕਲੀਅਰ ਹੋਇਆ ਰਿਟਨ ਕਲੀਅਰ ਹੋਣ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਮੇਰੀ ਇੰਟਰਵਿਊ ਲਈ ਅਤੇ ਇੰਟਰਵਿਊ ਕਲੀਅਰ ਹੋ ਗਈ ਔਰ ਇੰਟਰਵਿਊ ਕਲੀਅਰ ਹੋਣ ਤੋਂ ਬਾਅਦ ਮਾਨਯੋਗ ਹਾਈ ਕੋਰਟ ਨੇ ਮੈਨੂੰ ਸਿਲੈਕਸ਼ਨ ਗ੍ਰੇਡ ਦਿੱਤਾ ਇਹਦਾ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਰ ਹੁਣ ਕਿੰਨੇ ਬੰਦੇ ਨੇ ਹਾਂਜੀ ਇੱਦਾਂ ਸੀ ਜੀ ਕਿ ਟੋਟਲ ਜਿਹੜੀਆਂ ਪੋਸਟ ਸੀਗੀਆਂ ਉਹ 18 ਇਹਨਾਂ ਨੇ ਡਿਸਟ੍ਰਿਕਟ ਜੱਜ ਰੱਖਣੇ ਸੀ ਮਾਨਯੋਗ ਹਾਈ ਕੋਰਟ ਨੇ ਔਰ ਇਹਦੇ ਵਿੱਚ ਇਹ ਡਿਸਟ੍ਰਿਕਟ ਜੱਜ ਕੈਡਰ ਦੇ ਵਿੱਚ ਜਿਹੜੇ ਸਾਡੇ ਆਪਾਂ ਬੰਦੇ ਕਲੀਅਰ ਕੀਤੇ ਸੀ ਟੋਟਲ 19 ਸੀਗੇ ਉਸ ਤੋਂ ਬਾਅਦ ਸਭ ਦੀ ਇੰਟਰਵਿਊ ਲਈ ਮਾਨਯੋਗ ਹਾਈ ਕੋਰਟ ਨੇ 3 ਨਵੰਬਰ ਤੋਂ ਇੰਟਰਵਿਊ ਦੀ ਪ੍ਰਕਿਰਿਆ ਸ਼ੁਰੂ ਹੋਈ 2022 ਤੱਕ ਕਿਹੜੀ ਹਾਂਜੀ ਇਹ ਜਿਹੜੀ ਇੰਟਰਵਿਊ ਹੋਈ ਹੈ ਜੀ ਸਾਡੀ ਮਾਨਯੋਗ ਹਾਈ ਕੋਰਟ ਬਿਲਾਸਪੁਰ ਦੇ ਵਿੱਚ ਹੋਈ ਹੈ ਅਤੇ ਉਸ ਤੋਂ ਬਾਅਦ 9 ਨਵੰਬਰ ਤੱਕ 2022 ਤੱਕ ਸਾਡੀ ਇੰਟਰਵਿਊਜ਼ ਚੱਲੀਆਂ ਜਿਹਦੇ ਵਿੱਚ ਕੋਈ ਜਿਹੜਾ ਰਿਜ਼ਲਟ ਹੈਗਾ ਹੈ ਉਹ ਬਸ ਆ 2-3 ਦਿਨ ਹੋਏ ਆ ਰਿਜ਼ਲਟ ਆਏ ਨੂੰ ਔਰ ਰਿਜ਼ਲਟ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਸਾਨੂੰ 4 ਬੰਦਿਆਂ ਨੂੰ 18 ਪੋਸਟ ਵਿੱਚੋਂ 19 ਕੈਂਡੀਡੇਟਸ ਵਿੱਚੋਂ ਸਿਲੈਕਸ਼ਨ ਦਿੱਤੀ ਹੈ ਔਰ ਸਾਨੂੰ ਡਿਸਟ੍ਰਿਕਟ ਜੱਜ ਲਗਾ ਹਾਂਜੀ ਮੇਰੇ ਨਾਲ 3 ਬੰਦੇ ਹੋਰ ਹੈ ਇੱਕ ਦਾ ਨਾਮ ਵਿਕਰਮ ਬਾਲੀ ਹੈ ਅਤੇ ਉਹ ਹੈਗੇ ਆ ਚੰਡੀਗੜ੍ਹ ਤੋਂ ਇੱਕ ਹੈਗੇ ਆ ਜੀ ਮੁਕੇਸ਼ ਕੁਮਾਰ ਤਿਵਾੜੀ ਜੀ ਹੈਗੇ ਆ ਮੱਧ ਪ੍ਰਦੇਸ਼ ਤੋਂ ਇੱਕ ਵਰਿੰਦਰ ਜੀ ਹੈਗੇ ਆ ਉਹ ਹੈਗੇ ਆ ਦਿੱਲੀ ਤੋਂ ਜੇ ਫੈਮਿਲੀ ਦੀ ਗੱਲ ਕਰੀਏ ਫੈਮਿਲੀ ਕਿੰਨੀ ਸਪੋਰਟ ਸੀ ਆਪਦੀ ਜਿੱਦਾਂ ਪੜ੍ਹਾਈ ਵਿੱਚ ਜਾਂ ਹੋਰ ਕੰਮਾਂ ਦੀ ਇਹ ਤੁਹਾਡਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਤੁਸੀਂ ਮੈਨੂੰ ਪੁੱਛਿਆ ਹੈ ਇਹੀ ਇੱਕ ਆਪਾਂ ਗੱਲ ਕਰ ਸਕਦੇ ਹਾਂ ਕਿ ਗਾਗਰ ਵਿੱਚ ਸਾਗਰ ਹੈ ਕਿਉਂਕਿ ਜੇ ਤੁਹਾਨੂੰ ਫੈਮਿਲੀ ਦੀ ਸਪੋਰਟ ਨਹੀਂ ਹੈ ਤਾਂ ਤੁਹਾਡੇ ਲਈ ਬੜਾ ਮੁਸ਼ਕਲ ਹੋ ਜਾਂਦਾ ਹੈ ਮੈਨੂੰ ਆਪਣੇ ਪੇਰੈਂਟਸ ਦੀ ਵਾਈਫ ਦੀ ਰਿਲੇਟਿਵਸ ਦੀ ਫਰੈਂਡਸ ਦੀ ਸਾਰਿਆਂ ਦੀ ਪੂਰੀ ਸਪੋਰਟ ਸੀ ਸੋ ਇਸ ਕਰਕੇ ਇਹਨਾਂ ਦੀ ਸਪੋਰਟ ਦੇ ਨਾਲ ਔਰ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਮੇਰਾ ਐਗਜ਼ਾਮੀਨੇਸ਼ਨ ਕਲੀਅਰ ਹੋਇਆ ਕਿਸ ਦਿਨ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਸਿਲੈਕਟ ਹੋਏ ਕਿੰਨੇ ਦਿਨ ਪਤਾ ਲੱਗਾ ਇੱਦਾਂ ਜੀ ਪਰਸੋਂ ਸਾਡਾ ਰਿਜ਼ਲਟ ਆਇਆ ਨਹੀਂ ਜੀ ਔਨਲਾਈਨ ਸਾਡਾ ਰਿਜ਼ਲਟ ਆਇਆ ਔਨਲਾਈਨ ਕਨਫਰਮੇਸ਼ਨ ਹੈ ਹਾਈ ਮਾਨਯੋਗ ਹਾਈ ਕੋਰਟ ਦੀ ਸਾਈਟ 'ਤੇ ਇਹ ਰਿਜ਼ਲਟ ਆਇਆ ਹੁਣ ਉਹਨਾਂ ਨੇ ਕਿੱਥੇ ਡਿਊਟੀ ਜੁਆਇਨ ਕਰਨ ਨੂੰ ਕਰਤਾ ਕਦੋਂ ਤੋਂ ਕਰ ਰਹੇ ਹਾਂਜੀ ਇੱਦਾਂ ਹੈ ਹਲੇ 20-25 ਦਿਨ ਲੱਗਣਗੇ ਜਾਂ ਮਹੀਨੇ ਦਾ ਮਾਨਯੋਗ ਹਾਈ ਕੋਰਟ ਦਾ ਪ੍ਰੋਸੈਸ ਹੈ ਤਾਂ ਜਿੱਥੇ ਉਹ ਸਾਡੀ ਡਾਇਰੈਕਸ਼ਨ ਦੇਣਗੇ ਉੱਥੇ ਫਿਰ ਉਹਨਾਂ ਦੀ ਡਾਇਰੈਕਸ਼ਨ ਦੇ ਅਕੋਰਡਿੰਗ ਸਾਡੀ ਡਿਊਟੀ ਜੁਆਇਨ ਹੋਈ ਮੇਰਾ ਨਾਮ ਰਾਜ ਕੁਮਾਰ ਕੋਹਲੀ ਹੈ ਜੀ ਇਹ ਮੇਰੇ ਜਿਹੜੇ ਬੇਟਾ ਹੁਣ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਬਣੇ ਹੈ ਮੈਂ ਵੀ ਸਰਕਾਰੀ ਨੌਕਰੀ ਕੀਤੀ ਹੈ ਜੀ ਮੈਂ ਡਿਪਟੀ ਕਮਿਸ਼ਨਰ ਆਫਿਸ ਹੁਸ਼ਿਆਰਪੁਰ ਦੇ ਵਿੱਚ 16 ਦਸੰਬਰ 1969 'ਚ ਮੈਂ ਲੱਗਾ ਸੀਗਾ ਜੀ ਅਤੇ ਅਪ ਟੂ ਡੇਟ ਮੈਂ ਇਹ ਦੇਖਦਾ 31 ਅਗਸਤ 2003 'ਚ ਮੈਂ ਰਿਟਾਇਰ ਹੋਇਆ ਜੀ ਮੈਂ ਬਹੁਤ IAS ਆਫਿਸਰ ਵਾਲਾ ਕੰਮ ਕੀਤਾ ਮੈਂ ਬਤੌਰ ਐਸ ਸੁਪਰਡੈਂਟ ਰਿਟਾਇਰ ਹੋਇਆ ਜੀ ਅਤੇ ਮੈਂ ਕੋਈ 33 ਸਾਲ ਤੋਂ ਉੱਪਰ ਸਰਵਿਸ ਮੈਂ ਕੀਤੀ ਹੈ ਜੀ ਅਤੇ IAS ਦੇਖ ਲਓ ਉਸ ਵੇਲੇ ਸੀਗੇ ਆਪਣੇ TK ਨਾਇਰ ਹੁੰਦੇ ਸੀਗੇ ਆਈ ਰਿਮੇਨਡ ਰੀਡਨ ਟੂ ਹਿਮ ਜਿਹੜੇ ਕਿ ਗੌਰਮੈਂਟ ਆਫ ਇੰਡੀਆ ਦੇ ਵਿੱਚ ਪ੍ਰਾਈਮ ਮਿਨਿਸਟਰ ਦੇ ਪ੍ਰਿੰਸੀਪਲ ਸੈਕਟਰੀ ਲੱਗੇ ਸੀ ਬਾਅਦ ਦੇ ਵਿੱਚੋਂ ਕੀ ਮਹਿਸੂਸ ਕਰਦੇ ਹੋ ਤੁਸੀਂ ਬੇਟਾ ਤੁਹਾਡਾ ਬੇਟੇ ਮੇਰੀ ਵੀ ਖੁਆਇਸ਼ ਸੀ ਮੇਰੇ ਬੇਟੇ ਦੀ ਜ਼ਿਆਦਾ ਖੁਆਇਸ਼ ਸੀਗੀ ਕਿ ਯਾਨੀ ਮੈਂ ਬਤੌਰ ਦੀ ਸੇਵਾ ਕਰਾਂ ਮੈਂ ਜੱਜ ਬਣਾ ਕਿਉਂਕਿ ਮੈਂ ਸ਼ੁਰੂ ਤੋਂ ਹੀ ਇਹ ਮਿਹਨਤ ਕਰਦਾ ਸੀਗਾ ਜਿਸ ਵੇਲੇ ਬੱਚੇ ਪੜ੍ਹਦੇ ਸੀਗੇ ਤਾਂ ਮੈਂ ਇਹਨਾਂ ਨੂੰ ਆਮ ਕੋਠੀਆਂ ਦਿਖਾਉਂਦਾ ਹੁੰਦਾ ਸੀਗਾ ਮੈਂ ਕਿਹਾ ਬੇਟਾ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਇਸ ਰੁਤਬੇ ਤੱਕ ਪਹੁੰਚਣ ਲਈ ਕਿਉਂ ਕੈਂਡਲ ਗਿਵਜ਼ ਲਾਈਟ ਆਫਟਰ ਇਟਸ ਬਰਨ ਅਤੇ ਇਹਨਾਂ ਨੂੰ ਮੈਂ ਉਹ ਦਿਖਾਉਣੀ ਡਿਪਟੀ ਕਮਿਸ਼ਨਰ ਦੀ ਕੋਠੀ ਦਿਖਾਉਣੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੀ ਦਿਖਾਉਣੀ ਉਸ ਵੇਲੇ ਮੇਰੇ ਕੋਲ ਸਿਰਫ ਸਾਈਕਲ ਹੁੰਦਾ ਸੀਗਾ ਮੈਂ ਬੜਾ ਜੀਵਨ ਆਪਣਾ ਬਹੁਤ ਸੰਘਰਸ਼ ਦੇ ਵਿੱਚ ਬਤੀਤ ਕੀਤਾ ਔਰ ਮੈਂ ਫੈਸਲਾ ਕਰ ਲਿਆ ਸੀਗਾ ਕਿ ਓਨੈਸਟਲੀ ਇਸ ਦੀ ਬੈਸਟ ਪੋਲਿਸੀ ਮੇਰੀ ਮਾਤਾ ਨੇ ਮੈਨੂੰ ਕਿਹਾ ਸੀਗਾ ਕਿ ਕੋਈ ਕਰਪਸ਼ਨ ਦਾ ਇੱਕ ਪੈਸਾ ਵੀ ਘਰ ਨਹੀਂ ਬਾਲਣਾ ਕਦੀ ਵੀ ਜੀਵਨ 'ਚ ਨਹੀਂ ਬਾਲਣਾ ਔਰ ਕਦੇ ਹੀ ਬੱਚੇ ਬੜੂਗੇ ਫਰੂਗੇ ਔਰ ਉਸ ਬਰਕਤ ਪੈ ਗਈ ਉਹ ਫਿਰ ਤੁਹਾਡਾ ਨਾਮ ਰੋਸ਼ਨ ਕਰਨਗੇ ਕਿੰਨੇ ਬੱਚੇ ਨੇ ਆਪਣੇ ਮੇਰੇ ਬੱਚੇ ਜੀ 2 ਬੱਚੇ ਹੈ ਜੀ ਇੱਕ ਮੇਰਾ ਬੇਟਾ ਅਮਿਤ ਕੁਮਾਰ ਕੋਹਲੀ ਜਿਹੜਾ ਕਿ ਹੁਣ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੇ ਪੇਪਰ ਕਲੀਅਰ ਕੀਤੇ ਆ ਇੰਟਰਵਿਊ ਕਲੀਅਰ ਕੀਤੀ ਆ ਅਤੇ ਇੱਕ ਮੇਰੀ ਬੇਟੀ ਹੈ ਜੀ
आ बेटी मेरी पिछे मेरे बैग पर खड़ी है प्रियंका बैज का नाम प्रियंका सामने इस वे क्यों मैरिज हो जाती फिर कास्ट तुम पता ही है सामने तो इन्हें भी एम ए बी एड की है मैं सोचा सी कि मैं इन्होंने जीवन जी मेरी जी पूंजी है ना वो एजुकेशन है मैं इन्होंने एजुकेशन ही देनी है फिर मैं इन्होंने कली कली कोठी दिखाई डिस्ट्रिक्ट एंड सैशन की बहरों दिखाई डी साहब की दिखाई मैं इतने ता ही पहुंचे है जिस वे बंदा बहुत संघर्ष और मेहनत करता है मेहनत कभी व्यर्थ नहीं लगती बीच आती फिर मैं उन्होंने इन्होंने ना ये मतलब यही लैसन दिता कि ईमानदारी में रहना मैं वो कदर पैंती है जीवन की सो महाराज ने प्रभु की कृपा के नाल अज उस रुतबे पर पहुंचे है ये गल बहुत मेहनती है हाँ जी मैं बहुत ही वधिया खुशी मैं महसूस करना कि परम पिता परमात्मा की कृपा के नाल इन्होंने रुतबा हासिल किया वै और अपनी मेहनत में किया और उन्होंने मेहनत का फल दिता वै जिमें कि एक डॉक्टर हैगा वै वो डॉक्टर ट्रीट्स वट ही क्योरस परमात्मा ही फॉर गॉड जनता जनता मेरी तरफ यही मैसेज है कि एक तो अपने बच्चों वो सारी पूंजी अपनी लगा दो जो भी जिन्हें योग है उन्होंने पढ़ाओ लिखाओ और उन्होंने जीवन बढ़ाओ और लड़कियां जड़िया होंगे मैं लड़कियों नालों भी बहुत वधिया धन है इस करके इन्होंने जरूर पढ़ाओ और सारे मेहनत करनी चाहिए है और बच्चे सारे जिन्हें भी है उपर प्रोग्रेसिव हो We are a multicultural network community. We groom competent global citizens to effect positive change around them.